ਚੀਫ ਖਾਲਸਾ ਦੀਵਾਨ ਦਾ ਜਿਹੜੀ ਸਥਾਪਨਾ ਕੀਤੀ ਗਈ ਸੀ ਉਹ ਸਿੱਖੀ ਅਤੇ ਸਿੱਖਿਆ ਦੇ ਮਿਆਰ ਉੱਚਾ ਕਰਨ ਵਾਸਤੇ ਸੀ। ਅਸੀਂ ਇਹਦੇ ਵਾਸਤੇ ਹਰ ਢੰਗ ਨਾਲ ਸਾਰੇ ਉਪਰਾਲੇ ਕਰਾਂਗੇ। ਦੂਸਰਾ, ਇਸ ਚੈਨਲ ਰਾਹੀਂ ਸਾਰਿਆਂ ਸੰਗਤਾਂ ਨੂੰ ਸੰਬੋਧਨ ਕਰਦੇ ਰਵਾਂਗੇ ਅਤੇ ਜੋ ਸਾਡੀਆਂ ਗਤੀਵਿਧੀਆਂ ਹੋਣਗੀਆਂ, ਜੋ ਅਸੀਂ ਉਪਰਾਲੇ ਇਸ ਨੂੰ ਚੜ੍ਹਦੀ ਕਲਾ 'ਚ ਲਿਜਾਣ ਵਾਸਤੇ ਕਰਾਂਗੇ ਉਹ ਦੱਸਦੇ ਰਵਾਂਗੇ। ਨਾਲ ਸਾਰੀਆਂ ਸੰਗਤਾਂ ਨੂੰ ਅਪੀਲ ਕਰਨਾ, ਅਗਰ ਕੋਈ ਜੋ ਵੀ ਸੁਝਾਅ ਦਿਓਗੇ ਅਸੀਂ ਉਹਦੇ ਮੁਤਾਬਕ ਵੀ ਐਕਟ ਕਰਦੇ ਰਹਾਂਗੇ। ਅਸੀਂ ਜਿਹੜਾ 550 ਸਾਲਾ ਗੁਰੂ ਨਾਨਕ ਸਾਹਿਬ ਜੀ ਦਾ ਗੁਰਪੁਰਬ ਆ ਰਿਹਾ, ਪਹਿਲਾਂ ਅਸੀਂ ਸਾਰਿਆਂ ਸਕੂਲਾਂ ਵਿੱਚ ਇਸ ਗੁਰਪੁਰਬ ਨੂੰ ਮਨਾਉਣ ਵਾਸਤੇ ਉਪਰਾਲਾ ਕਰਾਂਗੇ। ਸਾਰਿਆਂ ਸਕੂਲਾਂ ਵਿੱਚ ਸਾਰਿਆਂ ਬੱਚਿਆਂ ਨੂੰ ਇਹਦੇ ਵਿੱਚ ਉਤਸ਼ਾਹ ਕਰਾਂਗੇ, ਇਸ ਬੱਚਿਆਂ ਨੂੰ ਰਿਝਾਵਾਂਗੇ। ਬੱਚੇ ਸਾਰੇ ਇਸ 550 ਸਾਲਾ ਗੁਰਪੁਰਬ ਨੂੰ ਮਨਾਉਣ ਵਾਸਤੇ ਪੂਰਾ ਉਤਸ਼ਾਹ ਦੇਣਗੇ। ਚੀਫ ਖਾਲਸਾ ਦੀਵਾਨ ਇੱਕ ਬੜਾ ਵੱਡਾ ਸਮਾਗਮ ਕਰੇਗੀ, ਉੱਥੇ ਅਸੀਂ ਇੱਕ ਸਿੱਖ ਐਜੂਕੇਸ਼ਨ ਕਾਨਫਰੰਸ ਕਰਾਂਗੇ ਸੁਲਤਾਨਪੁਰ ਲੋਧੀ ਕੋਸ਼ ਕਰਾਂਗੇ। ਉੱਥੇ ਅਸੀਂ ਇੱਕ ਚੰਗਾ ਸਕੂਲ ਵੀ ਖੋਲ੍ਹਾਂਗੇ ਜਿਹੜਾ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਨਾਂ 'ਤੇ ਹੋਵੇਗਾ ਅਤੇ ਨਾਲ ਹੀ ਉੱਥੇ ਹੀ 550 ਸਾਲਾ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਮਨਾਵਾਂਗੇ।